ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਕਈਆਂ ਦੀਆਂ ਹੁਣ ਅੱਖਾਂ ਖੁੱਲ੍ਹ ਰਹੀਆਂ ਆ, ਹੈ ਨਾ। ਹੁਣ ਜਦੋਂ ਜ਼ਿਆਦਾ ਜਿੱਦਾਂ ਤਾੜਨਾ ਪਈ ਹੈ ਤਾਂ ਹੁਣ ਅੱਖਾਂ ਖੁੱਲ੍ਹ ਰਹੀਆਂ ਆ, ਹੈ ਨਾ। ਅਤੇ ਮੈਂ ਇੱਦਾਂ ਨਹੀਂ ਚਾਹੁੰਦੀ ਕਿਸੇ ਦਿਲ ਮਨ ਟੁੱਟੇ। ਆਪਾਂ ਫਿਰ ਵੀ ਕਿਸੇ ਮਨ ਦਿਲ ਨਹੀਂ ਤੋੜਨਾ ਹੈਗਾ, ਹੈ ਨਾ। ਆਪਾਂ ਉਤਸ਼ਾਹੀ ਦੇਣੀ ਹੈ ਕਿਸੇ ਨੂੰ, ਹੈ ਨਾ। ਜਿੱਦਾਂ ਮੈਂ ਤਾਂ ਹੀ ਪਹਿਲਾਂ ਹੀ, ਮੇਰਾ ਤਾਂ ਆਪਣੀ ਧਰਤੀ ਨਾਲ ਪਹਿਲਾਂ ਤੋਂ ਹੀ ਪਿਆਰ ਆ। ਜਦੋਂ ਮੈਂ ਤਾਂ ਪਹਿਲਾਂ ਤੋਂ ਹੀ ਜਿੱਦਾਂ 2016-17 ਤੋਂ ਇੱਦਾਂ ਸੋਚ ਰਹੀ ਆ ਆਉਣ ਦਾ, ਹੈ ਨਾ, ਕਰਨ ਦਾ। ਕਿਉਂਕਿ ਉਦੋਂ ਤਾਂ ਇੰਨੇ ਮਹਿੰਗਾਈ ਵੀ ਨਹੀਂ ਹੋਈ ਸੀ, ਕੁਛ ਇੰਨਾ ਖਾਸ ਨਹੀਂ ਹੋਇਆ ਸੀ, ਇੰਨੀ ਗੜਬੜੀ। ਤਾਂ ਵੀ ਮੈਨੂੰ ਆਪਣੇ ਦੇਸ਼ ਨਾਲ ਇੰਨਾ ਪਿਆਰ ਸੀ, ਤਾਂ ਵੀ ਮੈਂ ਕਹਿ ਰਹੀ ਸੀ ਕਿ ਇੱਥੇ ਫਜ਼ੂਲ ਆ, ਕੋਈ ਫਾਇਦਾ ਨਹੀਂ ਆ। ਕਿਉਂਕਿ ਕਲਚਰ ਨਹੀਂ ਵਧੀਆ ਹੈਗਾ, ਨਾ ਬੱਚਿਆਂ ਵਾਸਤੇ, ਨਾ ਸਾਡੇ ਵਾਸਤੇ, ਨਾ ਕਿਸੇ ਵਾਸਤੇ, ਹੈ ਨਾ। ਕਿ ਆਪਣੇ ਆਪਣੇ ਲੋਕਾਂ ਨੂੰ ਆਪਣੀ ਦੇਸ਼ 'ਚ ਹੀ ਰਹਿਣਾ ਚਾਹੀਦਾ ਆ, ਹੈ ਨਾ। ਹੋਰਾਂ ਕੇ ਦੇਸ਼ਾਂ ਦੇ ਕਿਉਂ ਧੱਕੇ ਖਾਈਏ? ਇਹ ਗੋਰੇ ਲੋਕ ਕਿਹੜਾ ਆਪਣੀ ਆਪਣੇ ਲੋਕਾਂ ਦੀ ਇੱਜ਼ਤ ਨਹੀਂ ਕਰਦੇ ਹੈਗੇ ਦਿਲੋਂ, ਸਾਨੂੰ ਵਾਧੂ ਹੀ ਸਮਝਦੇ ਆ। ਇਹਨਾਂ ਨੂੰ ਇਹ ਕਿ ਸਾਡਾ ਦੇਸ਼ ਹੈ, ਸਾਡੇ ਦੇਸ਼ 'ਤੇ ਆਏ ਹੋਏ ਆ। ਜੋ ਆਪਣੇ ਦੇਸ਼ 'ਚ ਆਪਣੇ ਲੋਕਾਂ ਦੀ ਇੱਜ਼ਤ ਹੁੰਦੀ ਆ, ਉਹ ਆਪਣੇ ਦੇਸ਼ 'ਚ ਹੀ ਹੁੰਦੀ ਹੈ। ਕਿਸੇ ਬੇਗਾਨੇ ਪਰਦੇਸ ਪਰਦੇਸ ਹੀ ਹੁੰਦੇ ਆ। ਪਰਦੇਸਾਂ ਜਿੰਨਾ ਮਰਜ਼ੀ ਤੁਸੀਂ ਇਹਨੂੰ 50 ਸਾਲ ਹੋ ਜਾਓ, 60 ਸਾਲ ਹੋ ਜਾਓ, 80-100 ਸਾਲ ਜੀ ਲਓ, ਉਹਨਾਂ ਨੇ ਫਿਰ ਵੀ ਕਹਿਣਾ, ਇਸ ਗੋਰਿਆਂ ਨੇ ਕਹਿਣਾ, ਸਾਡਾ ਦੇਸ਼ ਆ, ਸਾਡੀ ਧਰਤੀ, ਅਸੀਂ ਇੱਧਰ ਦੇ ਆ। ਇਹ ਤਾਂ ਕਹਿੰਦੇ ਫੋਰਨਰ ਆ, ਬਾਹਰਲੇ। ਮੈਨੂੰ ਇਸੇ ਨਿਗਾਹ ਨਾਲ ਦੇਖਣਾ, ਉਸ ਉਹ ਬਾਹਲੀ ਉਹ ਇੱਕ ਦੂਜੇ ਦੀ ਇੱਜ਼ਤ ਕਰਦੇ ਆ, ਗੋਰੇ ਗੋਰਿਆਂ ਦੀ ਇੱਜ਼ਤ ਕਰਦੇ ਆ, ਹੈ ਨਾ। ਆਪਣੇ ਲੋਕਾਂ ਦੀ, ਆਪਾਂ ਚਾਹੇ ਆਪਾਂ ਪੰਜਾਬੀ ਹੈ, ਇੰਡੀਅਨ ਹੈ, ਚਾਹੇ ਪਾਕਿਸਤਾਨੀ ਹੈ, ਚਾਹੇ ਬੰਗਾਲੀ ਹੈ, ਨਾ, ਕਿਸੇ ਦੀ ਇੱਜ਼ਤ ਨਹੀਂ ਕਰਦੇ ਹੈਗੇ, ਨਾ ਕਾਲਿਆਂ ਦੀ ਇੱਜ਼ਤ ਕਰਦੇ ਆ, ਹੈ ਨਾ। ਦਿਲੋਂ ਇੱਧਰ ਢਿੱਡੋਂ ਵੈਰ ਹੀ ਰੱਖਦੇ ਆ, ਅਤੇ ਇੱਜ਼ਤ ਨਹੀਂ ਕਰਦੇ, ਨਾ ਕੁਛ ਸਮਝਦੇ ਆ। ਸਿਰਫ ਆਪਣੇ ਲੋਕ ਆ, ਜਾਣ ਕੇ ਨਾ ਕਹਿੰਦੇ ਹੁੰਦੇ, ਜਿੱਦਬਾਜ਼ੀ ਨਾਲ ਬੈਠੇ ਹੋਏ ਆ। ਆਪਣੇ ਲੋਕ ਕਹਿੰਦੇ, ਹਾਂ ਅਸੀਂ ਕੰਮ ਕਾਜ ਕਰਦੇ ਹਾਂ, ਸਾਡੇ ਵੀ ਉਨੇ ਹੱਕ ਆ, ਸਾਡੇ ਕੋਈ ਘਰ ਲਾਏ ਹੋਏ, ਅਸੀਂ ਕੰਮ ਕਾਜ ਕਰਦੇ ਹਾਂ। ਜਿੱਦਾਂ ਧੱਕੇ ਨਾਲ ਨਹੀਂ ਕਹਿੰਦੇ, ਧੱਕੇ ਨਾਲ ਬੈਠੇ ਹੋਏ ਆ, ਨਹੀਂ ਤਾਂ ਇਹ ਕੀ ਕੀ ਸਮਝਦੇ ਸਾਨੂੰ? ਗੋਰੇ ਚਮੜੀ ਵਾਲੇ ਸਾਨੂੰ ਨਹੀਂ ਕੁਛ ਸਮਝਦੇ ਹੈਗੇ ਭਾਅ ਜੀ। ਮੈਂ ਇੱਥੇ ਰਹਿ ਕੇ ਇਹਨਾਂ ਦੀਆਂ ਸਾਰੀਆਂ ਗੱਲਾਂ, ਇਹਨਾਂ ਦੇ ਦੂਰ ਤੱਕ ਸਾਰੀਆਂ ਪਛਾਣ ਲਈਆਂ ਆ। ਸਾਰਿਆਂ ਨੂੰ ਪਤਾ ਹੀ ਹੈ, ਇਹਨਾਂ ਤੇ ਸੱਚ ਦੱਸਦੇ ਨਹੀਂ ਹੈਗੇ। ਸੱਚ ਮੇਰੀ ਆਦਤ ਹੈ ਕਿ ਮੈਂ ਸੱਚ ਦੱਸ ਦਿੰਦੀ ਆ, ਚਾਹੇ ਛੋਟਾ ਥਾਹ ਦੇਣੀ ਦੱਸ ਦੇਣਾ, ਚਾਹੇ ਗੁੱਸਾ, ਮੈਨੂੰ ਨਹੀਂ ਇਹਦਾ ਕੋਈ ਸ਼ਰਮ ਹੈਗੀ। ਮੈਨੂੰ ਕੀ ਲੱਗੇ ਇਹਨਾਂ ਦੇ ਨਾਲ? ਮੇਰੀ ਵਫਾਦਾਰੀ ਮੇਰੇ ਆਪਣੇ ਦੇਸ਼ਾਂ ਦੇ ਨਾਲ ਆ, ਆਪਣੇ ਦੇਸ਼ ਦੇ ਨਾਲ, ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਪਹਿਲਾਂ ਵਫਾਦਾਰੀ ਉਹਨਾਂ ਨਾਲ, ਪਹਿਲ ਉਹਨਾਂ ਦੇ ਨਾਲ ਆ। ਮੈਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ ਆਉਂਦੀ। ਕਈ ਲੋਕ ਇਹ ਗੱਲਾਂ ਵੀ ਲੁਕਾਉਂਦੇ, ਦੋਗਲੇ ਬਣੇ ਹੋਏ, ਦੱਸਣੀਆਂ ਨਹੀਂ ਸੱਚ ਗੱਲਾਂ, ਹੈ ਨਾ। ਸੱਚ ਸੱਚ ਹੀ ਹੁੰਦੀ ਆ, ਹੈ ਨਾ। ਬਾਕੀ ਇਹ ਗੱਲ ਆ ਕਿ ਇਹ ਚੀਜ਼ਾਂ ਤਾਂ ਮੈਨੂੰ 16-17 ਤੋਂ ਇੱਦਾਂ ਮਹਿਸੂਸ ਹੋਣੀਆਂ ਸ਼ੁਰੂ ਹੋ ਗਈਆਂ ਸੀ, ਕਿਉਂਕਿ ਪਹਿਲਾਂ ਮੇਰੀ ਨਿਆਣੇ ਜ਼ਿਆਦਾ ਛੋਟੇ ਸੀ, ਹੈ ਨਾ, ਉਦੋਂ ਉਹਨਾਂ ਦੀ ਬਿਜ਼ੀ ਰਹੀ ਆ, ਜਿੱਦਾਂ ਇਹਨਾਂ ਨੇ ਪਰਦੇ ਪਾਏ ਸੀ। ਫਿਰ ਜਦੋਂ ਨਿਆਣੇ ਥੋੜ੍ਹੇ ਵੱਡੇ ਹੋਣੇ ਸ਼ੁਰੂ ਹੋ ਗਏ, ਜਿੱਦਾਂ ਵੱਡਿਆਂ ਸਕੂਲਾਂ 'ਚ ਜਾਣਾ ਸ਼ੁਰੂ ਹੋ ਗਏ, ਜਿੱਦਾਂ 9ਵੀਂ 8ਵੀਂ 9ਵੀਂ 10ਵੀਂ 11ਵੀਂ 'ਚ, ਇੱਦਾਂ ਫਿਰ ਅੱਖਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ, ਹੈ ਨਾ। ਪਤਾ ਲੱਗ ਗਿਆ ਕਿ ਇਹ ਕੀ ਸਿਸਟਮ ਆ, ਸਿਸਟਮ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਸਾਰਾ। ਹੁਣ ਜਿਹੜੇ ਲੋਕ ਆ, ਹੁਣ 2 ਤਰ੍ਹਾਂ ਦੇ ਭਾਅ ਜੀ ਲੋਕ ਨੋਟਿਸ ਕਰੋ, ਜਿਹੜੇ ਆਉਣਾ ਚਾਹੁੰਦੇ ਵਾਪਸ ਜਾਂ ਆ ਰਹੇ। ਇੱਕ ਤਾਂ ਉਹ ਹੈਗੇ ਜਿਹੜੇ ਆਪਣੇ ਹਿੰਦੁਸਤਾਨ ਨਾਲ ਪਿਆਰ ਆ, ਮੋਹ ਆ, ਉਹ ਕਹਿੰਦੇ ਕਿ ਨਹੀਂ ਇੱਥੇ ਦੇ ਕਲਚਰ ਘਟੀਆ ਆ, ਗਲਤ ਆ, ਕੁਛ ਨਹੀਂ ਫਾਇਦਾ ਹੈਗਾ, ਬੱਚੇ ਵੀ ਗਲਤ ਬਾਅਦ 'ਚ ਵਿਗੜ ਜਾਂਦੇ ਜਾਂ ਰਹਿੰਦੇ ਨਹੀਂ। ਇੱਕ ਉਹ ਆ ਜਿਹੜੇ ਆਪਣੇ ਧਰਤੀ ਨਾਲ ਪਿਆਰ ਕਰਦੇ, ਹਿੰਦੁਸਤਾਨ ਨਾਲ, ਪੰਜਾਬ ਦੇ ਨਾਲ, ਉਹ ਲੋਕ। ਦੂਸਰੇ ਲੋਕ ਉਹ ਜਿਹੜੇ ਕਹਿਣਾ ਨਹੀਂ ਚਾਹੀਦਾ ਆ, ਉਹ ਮੈਂ ਕਹਿ ਰਹੀ ਹਾਂ ਉਹਨਾਂ ਨੂੰ ਹੁਣ ਸੋਟੇ ਵੱਜ ਰਹੇ ਠਾ, ਕਿਉਂਕਿ ਹੁਣ ਉਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ, ਕਿਉਂਕਿ ਹੁਣ ਕਿਰਾਏ ਬਹੁਤ, ਕਿਸ਼ਤਾਂ ਨਹੀਂ ਦੇ ਹੋ ਰਹੀਆਂ, ਕਿਸ਼ਤਾਂ ਵੱਧ ਗਈਆਂ, ਘਰਾਂ ਦੇ ਘਰ ਨਹੀਂ ਖਰੀਦ ਹੋ ਰਹੇ, ਜਾਂ ਫਿਰ ਕਿਰਾਏ 'ਤੇ ਰਹਿੰਦੇ ਕਿਰਾਏ ਨਹੀਂ ਦੇ ਹੁੰਦੇ, ਅਤੇ ਕੰਮ 'ਤੇ ਜਾਂਦੇ ਆ, ਉੱਥੋਂ ਕੁਛ ਬਚਦਾ ਨਹੀਂ, ਬਚਦਾ ਕਿ ਸਿਰਫ ਆਪਣਾ ਸਿਰ ਪਾਣੀ ਦੇ ਉੱਪਰ ਰੱਖਿਆ ਹੋਇਆ, ਸਾਹ ਆਈ ਜਾਵੇ ਪਾਣੀ, ਸਿਰ ਨਾ ਡੁੱਬੇ ਪਾਣੀ ਦੇ ਵਿੱਚ। ਉਹ ਬਸ ਇਸ ਕਰਕੇ ਉਹਨਾਂ ਨੂੰ ਕੋਈ ਦੇਸ਼ ਦੇ ਨਾਲ ਅਜੇ ਵੀ ਪਿਆਰ ਹੈ ਨਹੀਂ, ਬਸ ਇਸ ਕਰਕੇ ਆ ਰਹੇ ਆ ਵਾਪਸ। ਪਰ ਆਪਾਂ ਉਹਨਾਂ ਨੂੰ ਫਿਰ ਵੀ ਮਾੜਾ ਨਹੀਂ ਕਹਿਣਾ, ਆਪਾਂ ਕਹਿਣਾ ਚਲੋ ਵਾਪਸ ਆ ਰਹੇ, ਕੋਈ ਨਾ, ਉਤਸ਼ਾਹ ਦਿਓ, ਚੰਗਾ ਚੰਗਾ ਨਾ ਕਰੋ। ਕਿ ਇੱਦਾਂ ਦੇ ਵੀ ਮੈਂ ਲੋਕ ਇੱਥੇ ਦੇਖੇ ਹੈਗੇ ਆ, ਪਹਿਲਾਂ ਇਹੋ ਹੀ ਲੋਕ ਨਾ
ਕਰਦੇ ਸੀ ਬਦਨਾਮੀਆਂ, ਹੈ ਨਾ, ਇਹੋ ਹੀ ਲੋਕ ਹਾਸੇ ਮਜ਼ਾਕ ਉਡਾਉਂਦੇ ਸੀ ਦੂਸਰੇ ਲੋਕਾਂ ਜਿਹੜੇ ਇੱਥੋਂ ਜਾ ਕੇ ਉੱਥੇ ਰਹਿੰਦੇ ਸੀ, ਹੈ ਨਾ। ਹੁਣ ਇਹੋ ਹੀ ਲੋਕ ਆਪਣੇ ਮੂੰਹੋਂ ਕਹਿਣ ਲੱਗ ਗਏ ਕਿ ਨਹੀਂ ਸਾਡੀ ਤਾਂ ਬੁਰੀ ਹਾਲਤ ਆ। ਹੁਣ ਇਹਨਾਂ ਪਤਾ ਅਕਲ ਆ ਗਈ ਕਿ ਜ਼ਿੰਦਗੀ ਛੋਟੀ ਆ। ਜ਼ਿੰਦਗੀ ਤਾਂ ਪਹਿਲਾਂ ਵੀ, ਸਾਨੂੰ ਤਾਂ ਪਹਿਲਾਂ ਵੀ ਪਤਾ ਸੀ ਜ਼ਿੰਦਗੀ ਛੋਟੀ ਆ, ਹੈ ਨਾ। ਹੁਣ ਲੋਕਾਂ ਨੂੰ ਜ਼ਿਆਦਾ ਜਿਹੜੇ ਮੂਰਖ ਬਣੇ ਹੋਏ ਸੀ ਨਾ, ਅੰਨੀਆਂ ਅੱਖਾਂ ਹੁਣ ਜ਼ਿਆਦਾ ਖੁੱਲੀਆਂ ਕੋਵਿਡ ਤੋਂ ਬਾਅਦ, ਕਿਉਂਕਿ ਕੋਵਿਡ ਤੋਂ ਬਾਅਦ ਸਾਰੇ ਲੋਕਾਂ ਨੂੰ ਧੱਕਾ ਲੱਗਾ। ਧੱਕਾ ਇਸ ਗੱਲ ਦਾ ਦੇਖ ਲੈ, ਜਦੋਂ ਕੋਵਿਡ ਹੋਇਆ ਆ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਆ। ਉਹਨਾਂ ਨੂੰ ਪਤਾ ਲੱਗ ਗਿਆ, ਅੱਖਾਂ ਖੁੱਲ ਗਈਆਂ ਕਿ ਜੈਦਬਾਜ਼ੀਆਂ 'ਚ ਕੋਈ ਫਾਇਦਾ ਨਹੀਂ ਆ, ਫੁਕਰੇਪਣ ਦਾ ਕੋਈ ਫਾਇਦਾ ਨਹੀਂ। ਹੁਣ ਉਹਨਾਂ ਦੇ ਜਿਹੜੇ ਆਕੜ ਆ ਥੱਲੇ ਭੰਨੀ ਗਏ, ਥੱਲੇ ਡਿੱਗੀ ਆ। ਹੁਣ ਉਹ ਸੋਚ ਵਿੱਚ ਆ ਰਹੇ ਆ ਕਿ ਹਾਂ, ਕਿ ਜ਼ਿੰਦਗੀ ਛੋਟੀ ਆ, ਕਿ ਜ਼ਿੰਦਗੀ ਦੇ ਸਾਹ ਦਾ ਕਿਸੇ ਦਾ ਪਤਾ ਨਹੀਂ ਆ। ਬਾਕੀ ਤੁਹਾਨੂੰ ਪਤਾ ਹੀ ਹੈ, ਇੱਥੇ ਮੈਡੀਕਲ ਦਾ ਸਿਸਟਮ ਤਾਂ ਬਹੁਤ ਖਰਾਬ ਆ, ਬਹੁਤ ਬੁਰੀ ਹਾਲਤ ਆ। ਮੈਡੀਕਲ ਸਿਸਟਮ ਬਹੁਤ ਬੁਰੀ ਹਾਲਤ ਆ, ਉਹ ਨਾ ਮੈਡੀਕਲ ਦੇਖਦੇ ਨਹੀਂ, ਡਾਕਟਰ ਨਹੀਂ ਦੇਖਦੇ, ਤਾਂ ਦਵਾਈ ਨਹੀਂ ਦਿੰਦੇ, ਕੋਈ ਚੀਜ਼, ਕੋਈ ਸਿਸਟਮ ਬਹੁਤ ਖਰਾਬ ਵਿਗੜਿਆ ਹੋਇਆ ਆ। ਕਿਹੜੇ ਹੁਣ ਕੋਈ ਲੋਕ ਆ ਰਹੇ ਆ ਜਿਹਨਾਂ ਨੂੰ ਪਿਆਰ ਆ, ਪਿਆਰ ਵਾਲੇ ਆ ਰਹੇ, ਜਿਹੜਾ ਪਿਆਰ ਕਰਦੇ, ਮੁਹੱਬਤ ਕਰਦੇ, ਆਪਣੇ ਦੇਸ਼ ਨਾਲ ਉੱਥੇ ਜਾਣ ਚਾਹੁੰਦੇ ਸੀ, ਹੈ ਨਾ। ਦੂਸਰੇ ਉਹ ਲੋਕ ਜਿਹਨਾਂ ਨੂੰ ਸੋਟੇ ਵੱਜ ਰਹੇ ਠਾਹ ਠਾਹ, ਹੁਣ ਉਹਨਾਂ ਨੂੰ ਅਜੇ ਵੀ ਪਿਆਰ ਮੁਹੱਬਤ ਨਹੀਂ, ਸਿਰਫ ਸੋਟਿਆ ਕਰਕੇ ਅੱਗੇ ਵੀ ਲਾਲਚ ਲਈ ਗਿਆ ਸੀ, ਤਾਂ ਹੁਣ ਵੀ ਲਾਲਚ ਕਰਕੇ ਉਹਨਾਂ ਦਾ ਲਾਲਚ ਨਹੀਂ ਇੱਥੇ ਪੂਰਾ ਹੋ ਰਿਹਾ, ਤਾਂ ਹੁਣ ਤਾਂ ਪਿੱਛੇ ਜਾ ਰਹੇ। ਚੱਲ ਫੇਰ ਵੀ ਆਪਾਂ ਉਹਨਾਂ ਤੋਂ ਗਰਾਉਣਾ ਨਹੀਂ ਹੈਗਾ, ਆਪਾਂ ਉਤਸ਼ਾਹ ਹੀ ਦੇਣਾ ਉਹਨਾਂ ਨੂੰ। ਫਿਰ ਇਹਨਾਂ ਲੋਕਾਂ ਨੂੰ ਮੈਦ ਕਹਿੰਦੀ ਨਾ, 5-6 ਸਾਲ ਪਹਿਲਾਂ, ਤੇ ਇਹੋ ਹੀ ਲੋਕ ਸਾਡੇ ਸਾਡੇ ਉੱਪਰ ਸੋਟਾ ਮਾਰਦੇ ਸੀ, ਠਾਹ ਦੇਣੀ, ਮਜ਼ਾਕ ਉਡਾਉਂਦੇ ਸੀ ਸਾਡੇ ਲੋਕਾਂ, ਸਾਨੂੰ, ਸਾਡੇ ਵਰਗਿਆਂ ਦਾ, ਜਿਹੜੇ ਮੇਰੇ ਵਰਗੇ ਦੀ ਸੋਚ ਸੀ, ਕਹਿੰਦੇ ਤੁਸੀਂ ਤਾਂ ਬੇਵਕੂਫ ਆ, ਲੋਕ ਤਾਂ 25 ਲੱਖ ਲੈ ਕੇ ਜਾਂਦੇ, 30-40 ਲੱਖ ਲਾ ਕੇ ਜਾਂਦੇ ਉੱਥੇ, ਉਹ ਬਾਂਦਰ ਆ, ਉਹ ਤਾਂ ਬੋਟਾਂ 'ਚ ਸ਼ਿਪਾਂ 'ਚ ਜਾਂਦੇ ਆ, ਜਹਾਜ਼ਾਂ 'ਚ, ਪਾਣੀਆਂ ਦੇ 'ਚ, ਉੱਥੇ। ਫਿਰ ਮੈਂ ਉਹਨਾਂ ਨੂੰ, ਫਿਰ ਮੈਂ ਦਿਲ ਦਿਮਾਗ ਸੋਚਣਾ ਕਹਿਣਾ, ਮੈਂ ਕਿਹਾ ਉਸ ਤੋਂ ਵੱਡੇ ਤਾਂ ਮੂਰਖ ਕੋਈ ਹੈ ਹੀ ਨਹੀਂ ਆ। ਮੈਂ ਤਾਂ ਉਹਨਾਂ ਨੂੰ ਬੇਵਕੂਫ ਸਮਝਦੀ ਹੁੰਦੀ ਸੀ, ਉਹਨਾਂ ਨੇ ਕਿਹਾ ਮੈਂ ਤਾਂ ਉਹਨਾਂ ਤੋਂ ਵੱਡਾ ਕੋਲ ਬੇਵਕੂਫ ਆ, ਜਿਹੜੇ ਇੰਨੇ ਧੱਕੇ ਤੋੜੇ ਖਾ ਕੇ। ਉਹਨਾਂ ਨੇ ਕਿਹਾ ਤੁਸੀਂ ਮੂਰਖ ਹੈ, ਤੁਹਾਡੀ ਸੋਚ ਮੂਰਖ ਹੈ, ਮੈਨੂੰ ਕਹਿਣਾ ਉਹ ਤਾਂ ਹੈ ਨਾ, ਉਹ ਬੇਵਕੂਫ, 30 ਲੱਖ ਲਾ ਕੇ ਜਾ ਰਹੇ, 40 ਲੱਖ, ਤੇ ਕਈ ਕਹਿੰਦੇ ਇੰਨੇ 50 ਲੱਖ ਵੀ ਲਾ ਕੇ ਜਾਂਦੇ, ਮੌਤ, ਆਪਣੀ ਮੌਤ ਲਈ ਜ਼ਿੰਦਗੀਆਂ ਦੇ ਰਿਸਕਾਂ ਲੈ ਰਹੇ ਆ, ਪਾਣੀਆਂ 'ਚ ਜਾਂਦੇ, ਟਰੱਕਾਂ 'ਚ ਜਾਂਦੇ ਆ, ਹੈ ਨਾ। ਸਾਡੇ ਰਿਸ਼ਤੇਦਾਰਾਂ ਨੇ ਮੈਨੂੰ ਕਹਿਣਾ, ਮੈਂ ਉਹਨਾਂ ਨੂੰ ਮੋਹਰੇ ਪਤਾ ਕੀ ਕਹਿਣਾ, ਮੈਂ ਕਹਿਣਾ ਉਹ ਬਿਲਕੁਲ ਹੀ ਪਾਗਲ ਹੋਏ ਆ, ਅਕਲ ਨਹੀਂ ਹੈਗੀ, ਅਕਲ ਬਾਹਰ ਚਲੀ ਗਈ ਉਹਨਾਂ ਦੇ ਦਿਮਾਗ ਸਿਰ 'ਚੋਂ, ਕਿ ਇੰਨੀ ਨਫ਼ਰਤ ਆਪਣੇ ਦੇਸ਼ ਨਾਲ ਕਰਦੇ, ਇੰਨੇ ਨਫ਼ਰਤ ਕਰਦੇ ਆਪਣੇ ਪੰਜਾਬ ਦੇ, ਨਫ਼ਰਤ, ਜਿਹੜੇ ਇੰਨੇ 40-40, 25-25 ਲੱਖ ਲਾ ਕੇ ਆਪਣੀ ਜਾਨ ਦੀ ਵੀ ਨਹੀਂ ਸੋਚਦੇ, ਕਿ ਜਾਨ ਵੀ ਜਾ ਸਕਦੀ, ਕਿਸੇ ਕਿਹੜੇ ਦੇਸ਼ ਵਾਸਤੇ, ਕਿਹੜੇ ਵਕੀਲਾਂ ਵਾਸਤੇ, ਹੈ ਨਾ। ਫਿਰ ਲਾਲਚ ਨਹੀਂ ਹੋਇਆ ਤਾਂ ਹੋਰ ਕੀ ਆ, ਮੈਨੂੰ ਤਾਂ ਸ਼ੁਰੂ ਵਿੱਚ ਵੀ ਲਾਲਚ ਹੈ ਨਹੀਂ ਸੀ, ਨਾ ਮੈਂ ਲਾਲਚ ਰੱਖਿਆ ਹੀ, ਨਾ ਵੀ ਰੱਖਿਆ, ਨਾ ਹੀ ਮੈਨੂੰ ਹੈ ਸੀ। ਮੈਂ ਤਾਂ ਉਹਨਾਂ ਨੂੰ ਸਮਝਦੀ ਉਹ ਦਰੋਹੀ, ਲਾਲਚ, ਲਾਲਚੀ ਆ ਜ਼ਿਆਦਾ, ਜਿਹੜੇ ਆਪਣੀ ਜਾਨ ਦੀ ਵੀ ਨਾ ਟੱਪ ਕੇ ਜਾ ਰਹੇ, ਕਿ ਉਹਨਾਂ ਨੂੰ ਇੰਨੇ ਉੱਥੇ ਮੰਦੇ ਹਾਲ ਸੀ, ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ ਸੀ, ਲਾਲਚ ਸੀ। ਜੇ ਹੁਣ ਉੱਥੋਂ ਬਈਏ ਬਿਹਾਰ ਤੋਂ ਉੱਠ ਕੇ ਪੰਜਾਬ ਆ ਕੇ ਰੋਟੀ ਖਾ ਸਕਦੇ, ਆਪਣੇ ਪੰਜਾਬੀਆਂ ਨੂੰ ਰੋਟੀ ਨਹੀਂ ਮਿਲ ਰਹੀ ਸੀ, ਜਿਹੜੇ ਇੱਥੋਂ ਉੱਠ ਕੇ ਉੱਥੋਂ ਜਾ ਰਹੇ, ਲਾਲਚ ਇਹਨਾਂ ਨੇ ਦੇ ਕੇ, ਆਪਣੀ ਜਾਨ ਵੀ ਜੋਖਮ ਵਿੱਚ ਪਾ ਕੇ, ਟਰੱਕਾਂ ਵਿੱਚ ਜਾ ਕੇ, ਹੈ ਨਾ, ਸਮੁੰਦਰੀਆਂ ਜਹਾਜ਼ਾਂ 'ਚ ਜਾ ਕੇ, ਗਲਤ ਰਸਤੇ ਜਾ ਕੇ, ਆਪਣੀ ਜ਼ਿੰਦਗੀ ਨੂੰ ਜੋਖਮ 'ਚ ਪਾ ਕੇ, ਫਿਰ ਇਹਦਾ ਮਤਲਬ ਕੀ ਹੋਇਆ, ਫਿਰ ਇਹ ਉਹਨਾਂ ਲੋਕਾਂ ਨੂੰ ਲਾਲਚੀ ਕਹੂਗੀ। ਜੇ ਮੈਂ ਨਾ ਲਾਲਚੀ ਕਹਾਂ, ਤੁਸੀਂ ਕਹੋਗੇ ਲਾਲਚੀ ਨਹੀਂ ਆ, ਤਾਂ ਫਿਰ ਉਹਨਾਂ ਨੂੰ ਵੀ ਪਤਾ, ਫਿਰ ਉਹ ਭੁੱਖ ਨੰਗ ਸੀ, ਉਹਨਾਂ ਰੋਟੀ ਵੀ ਨਹੀਂ ਮਿਲ ਰਹੀ ਸੀ ਪੰਜਾਬ 'ਚ, 2 ਰੋਟੀ ਨਹੀਂ ਉਹਨੂੰ ਖਾ ਸਕਦੇ ਸੀ, ਜੇ ਬਈ ਉੱਥੋਂ ਆ ਕੇ ਰੋਟੀ ਖਾ ਸਕਦੇ ਆ। ਆਪਣੇ ਪੰਜਾਬੀਆਂ ਕੋਲ ਜ਼ਮੀਨਾਂ ਵੀ ਹੈ ਨਹੀਂ ਸੀ ਥੋੜ੍ਹੀਆਂ ਬਹੁਤ, ਮੈਂ ਤਾਂ ਸੁਣਿਆ ਥੋੜ੍ਹੀਆਂ ਬਹੁਤ ਵਾਲੇ ਵੀ ਜਾ ਰਹੇ, ਜ਼ਿਆਦੀਆਂ ਵਾਲੇ ਵੀ ਜਾ ਰਹੇ ਆ, ਇਹਨਾਂ ਕੋਲ ਬਹੁਤ ਜ਼ਿਆਦੀਆਂ ਆ। ਉਹਨਾਂ 'ਤੇ ਕੀ, ਉਹਨਾਂ ਦਾ ਕੀ ਮੱਤ ਮਾਰੀ ਗਈ, ਇਹਨਾਂ ਦੀ ਮੱਤ ਵੀ ਨਹੀਂ ਮਾਰੀ ਗਈ, ਤਾਂ ਹੋਰ ਕੀ ਆ, ਇਹ ਸਿਸਟਮ ਆ ਭਵਰਦਰ ਜੀ ਇੱਥੇ ਹੋ ਰਹੇ।